ਆਮ ਆਦਮੀ ਪਾਰਟੀ ਦਾ ਜਿਹੜਾ ਕੁਝ ਵੀ ਨਹੀਂ ਕੀਤਾ ਹੋਇਆ ਉਹਨੂੰ ਅਖਬਾਰਾਂ 'ਚ ਦੇਸ਼ ਦੇ ਇੱਥੋਂ 3000 ਕਿਲੋਮੀਟਰ ਤੇ ਕਨਿਆ ਕੁਮਾਰੀ ਵਾਲੇ ਪਾਸੇ ਵੀ ਪਹੁੰਚਾਤਾ ਫੋਟੋਆਂ ਜ਼ਰੂਰ ਪਹੁੰਚਾਤੀਆਂ ਪੂਰੇ ਦੇਸ਼ 'ਚ ਇਹਨਾਂ ਨੇ ਹੁਣ ਤੁਸੀਂ ਇਹ ਦੱਸੋ ਵੀ ਪਿਛਲੇ 7 ਮਹੀਨੇ 8 ਮਹੀਨਿਆਂ 'ਚ ਜਿਹੜੀ ਹੈ ਜਾਂ ਪਿਛਲੇ 1 ਮਹੀਨੇ ਦੀ 7 ਵਾਲੇ ਤਾਂ ਨਿਕਲ ਗਏ ਹੁਣ 8 ਮਹੀਨਾ ਜਿਹੜਾ ਇਹਦੇ 'ਚ ਕਾਨੂੰਨ ਵਿਵਸਥਾ ਦੇਖ ਲਓ 0 ਖਤਮ ਸ਼ਰਿਆਮ ਪੁਲਿਸ ਕੋਲੇ ਖੜੀ ਐ ਸ਼ਰਿਆਮ ਬੰਦੇ ਨੂੰ ਗੋਲੀਆਂ ਮਾਰਦੇ ਨੇ ਕਿਸੇ 8 ਮਹੀਨਿਆਂ 'ਚ ਆ ਪਿਛਲੇ 8 ਮਹੀਨਿਆਂ 'ਚ ਕਿਤੇ ਵੀ ਇੱਕ ਇੱਟ ਵੀ ਪੰਜਾਬ 'ਚ ਲੱਗੀ ਮੈਂ ਈਮਾਨਦਾਰ ਹੋਊਂਗਾ ਇੱਕ ਇੱਟ ਦਿਖਾ ਦਾਂ ਕਹਿੰਦਾ ਜੀ ਹੱਥਾਂ ਨਾਲ ਪਾਈਆਂ ਗੰਡਾ ਮੂੰਹ ਨਾਲ ਖੋਲਿਨੇ ਪੈਂਦੀ ਇਹਨੇ ਮੈਂ ਕਿਹਾ ਭਾਈ ਚਲੋ ਪਿਛਲੇ ਨੇ ਤਾਂ ਹੱਥਾਂ ਨਾਲ ਪਾਤੀਆਂ ਫਿਰ ਹੁਣ ਮੂੰਹ ਨਾਲ ਖੋਲੋ ਨਾ 8 ਮਹੀਨੇ ਹੋ ਗਏ ਖੋਲੋ ਮੈਂ ਪਹਿਲੀ ਸਰਕਾਰ ਦੇਖੀ ਐ ਜਿਹਦੇ 8 ਮਹੀਨਿਆਂ 'ਚ ਲੋਕ ਐ ਲੈ ਲਓ ਵੀ ਲੋਕਾਂ ਦੇ ਨੱਕੋ ਬੁੱਲੋ ਮੂੰਹ ਸਭ ਪਾਸਿਓ ਜਿਹੜੀ ਉਹ ਲਹਿ ਗਈ ਜਿਹੜਾ ਪਹਿਲਾਂ ਗੱਡੀਆਂ ਤੇ ਉੱਤੇ ਬਹਿ ਬਹਿ ਜਿਹੜਾ ਸੀ ਮੀਡੀਆ ਨੂੰ ਸੰਬੋਧਨ ਕਰਦਾ ਸੀ ਕਿੰਨੇ ਵਾਰ ਮਰਜਾ ਸਾਹਿਬ ਐ ਤੁਸੀਂ ਤੁਹਾਨੂੰ ਹੁਣ ਕਿੰਨੇ ਵਾਰ ਗੱਨੇ ਵਾਰ ਮਿਲਿਆ ਸਰਕਾਰ ਤੋਂ ਕਦੇ ਤੁਹਾਡੀ ਇੰਟਰਵਿਊ ਕੀਤੀ ਹੈ ਨਹੀਂ ਕੀਤੀ ਤੁਹਾਡੇ ਪੰਜਾਬੀ ਲੋਕ ਚੈਨਲ ਤੇ ਨਹੀਂ ਕੀਤੀ ਹੁਣੇ ਗਰੰਟੀ ਹੈ ਤੇ ਪਹਿਲਾਂ ਤੁਸੀਂ ਐਂ ਕਹਿੰਦੇ ਹੱਥ ਦੇ ਕੇ ਖੜਾ ਲਾਂ ਦੀ ਲੈ ਖੜ ਜਾ ਕਿਉਂਕਿ ਉਹ ਸਰਕਾਰ ਸੱਤਾ ਚਾਉਣਾ ਆ ਆਹਾ ਜਿਹੜੇ ਜੀ ਤੁਸੀਂ ਕਿਸੇ ਕਿਸੇ ਨੇ ਵੀ ਕੋਈ ਵੀ ਐਨੀ ਵੇਅਰ ਕੋਈ ਮਤਲਬ ਜਿਹੜਾ ਕ੍ਰਿਮੀਨਲ ਆ ਜਿਹੜਾ ਕਾਨੂੰਨ ਦੀਆਂ ਨਜ਼ਰਾਂ ਚ ਮੁਜ਼ਰਮ ਹੈ ਜਦੋਂ ਤੁਸੀਂ ਉਹਦੀਆਂ ਵੀਡੀਓਜ਼ ਜਦੋਂ ਪੇਸ਼ੀ ਤੇ ਜਾਂਦਾ ਉਹਨੂੰ ਵੱਡੇ ਵੱਡੇ ਕਰਕੇ ਲਾਈਵ ਚਲਾਉਂਦੇ ਨੇ ਜਦੋਂ ਕਿਉਂਕਿ ਉਹ ਸਿੰਪਲ ਟੀਆਰਪੀ ਹੈ ਸਿੰਪਲ ਟੀਆਰਪੀ ਹੈ ਜਿੱਤੇ ਇਹ ਬੰਦ ਹੋ ਜਾਊਗਾ ਨਾ ਮੈਂ ਗਰੰਟੀ ਕਰਦਾ ਜਿਹੜਾ ਇਹ ਗੈਂਗਸਟਰ ਕਲਚਰ ਹੈ ਅੱਧਾ ਰਹਿ ਜਾਏ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਪੂਰੇ 8 ਮਹੀਨੇ ਹੋ ਚੁੱਕੇ ਹਨ ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਨਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹਰ ਮਹੀਨਾ ਜਦੋਂ ਪੂਰਾ ਹੁੰਦਾ ਆਮ ਆਦਮੀ ਪਾਰਟੀ ਦਾ ਤਾਂ ਅਲੱਗ-ਅਲੱਗ ਐਡਸ ਵੀ ਦਿੰਦੇ ਨੇ ਇਸ਼ਤਿਹਾਰ ਲਵਾਉਂਦੇ ਨੇ ਜਾਂ ਕਿਤੇ ਨਾ ਕਿਤੇ ਗੱਲਬਾਤ ਕਹੀਏ ਵੱਡੇ-ਵੱਡੇ ਪੂਰੇ ਪੰਜਾਬ 'ਚ ਬੋਰਡ ਲੱਗਦੇ ਨੇ ਉਹ ਬੋਰਡ ਕਿਵੇਂ ਦੇ ਲੱਗਦੇ ਨੇ ਜਦੋਂ 7 ਮਹੀਨੇ ਪੂਰੇ ਹੋਏ ਤਾਂ ਬੋਰਡ ਲੱਗੇ ਕਿ 7 ਮਹੀਨਿਆਂ 'ਚ ਕੀਤਾ 70 ਸਾਲਾਂ ਜਿੰਨਾ ਕੰਮ ਪੰਜਾਬ ਸਰਕਾਰ ਨੇ ਜਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ 8 ਮਹੀਨੇ ਪੂਰੇ ਹੋ ਚੁੱਕੇ ਨੇ ਹੁਣ ਦੇਖਦੇ ਆ ਕਿ ਕਿਸ ਤਰ੍ਹਾਂ ਦੇ ਬੋਰਡ ਪੂਰੇ ਪੰਜਾਬ ਚ ਲੱਗਣਗੇ ਕਿਉਂਕਿ ਇਹ ਮਹੀਨੇ ਕਿੰਨੇ ਕੰਮ ਹੋਏ ਇਹ ਵੀ ਦੇਖਣਾ ਹੋਵੇਗਾ ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਵੋਡ ਲਾਉਂਦੇ ਨੇ ਜਾਂ ਕੋਈ ਗਤੀਵਿਧੀਆਂ ਆਪਣੀਆਂ ਦੱਸਦੇ ਨੇ ਉਸ ਤੋਂ ਬਾਅਦ ਵਿਰੋਧੀ ਉਹਨਾਂ ਨੂੰ ਘੇਰਦੇ ਵੀ ਨੇ ਸ਼੍ਰੋਮਣੀ ਅਕਾਲੀ ਦਲਾ ਚਾਹੇ ਕਾਂਗਰਸਾ ਬੀਜੇਪੀ ਆ ਉਹ ਘੇਰਦੇ ਨੇ ਕਿ ਐਵੇਂ ਆ ਜੀ ਕੋਈ ਕੰਮ ਨਹੀਂ ਹੋਇਆ ਜਦ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਇੰਨੇ ਕੰਮ ਕੀਤੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੰਗਰੂਰ ਦੇ ਇੰਚਾਰਜ ਬਿੰਨਰਜੀਤ ਸਿੰਘ ਗੋਲਡੀ ਮੌਜੂਦ ਨੇ ਗੋਲਡੀ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ ਧੰਨਵਾਦ ਮਾਜਾ ਸਾਹਿਬ ਤੇ ਪੰਜਾਬੀ ਲੋਕ ਚੈਨਲ ਦੇਖਣ ਵਾਲਿਆਂ ਨੂੰ ਵੀ ਭਾਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਗੋਲਡੀ ਜੀ 8 ਮਹੀਨੇ ਪੂਰੇ ਹੋਏ ਨੇ ਜੀ 8 ਮਹੀਨੇ ਪਹਿਲਾਂ ਤਾਂ ਕਿਹਾ ਸੀ ਕਿ 7 ਮਹੀਨਿਆਂ 'ਚ 70 ਸਾਲਾਂ ਜਿੰਨਾ ਕੰਮ ਕਰਦਾ 8 ਮਹੀਨੇ ਹੋ ਗਏ ਹੁਣ ਆਹ 1 ਮਹੀਨੇ 'ਚ ਕਿੰਨੇ ਕੰਮ ਕਰਤੇ ਆਮ ਆਦਮੀ ਪਾਰਟੀ ਦੇ ਤੇ ਪੂਰੇ 8 ਮ ਮਾਦਾ ਸਾਹਿਬ ਕੰਮ ਤਾਂ ਜਿਹੜੇ ਕਹਿਣ ਵਾਲੇ ਨੇ ਨਾ ਕੀਤਾ ਤਾਂ ਖਾਸਾ ਕੁਝ ਹੈ ਉਹ ਕੀਤਾ ਕਿਹੜਾ ਖਾਸਾ ਖਾਸਾ ਕੁਝ ਹੈ ਕਿ ਇੱਕ ਤਾਂ ਸਭ ਤੋਂ ਵੱਡੀ ਐਡਵਰਟਾਈਜ਼ਮੈਂਟ ਪੂਰੇ ਦੇਸ਼ 'ਚ ਕਰਤੀ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਕੁਝ ਵੀ ਨਹੀਂ ਕੀਤਾ ਹੋਇਆ ਉਹਨੂੰ ਅਖਬਾਰਾਂ 'ਚ ਦੇਸ਼ ਦੇ ਇੱਥੋਂ 3000 ਕਿਲੋਮੀਟਰ ਤੇ ਕਨਿਆ ਕੁਮਾਰੀ ਵਾਲੇ ਪਾਸੇ ਵੀ ਪਹੁੰਚਾਤਾ ਫੋਟੋਆਂ ਜ਼ਰੂਰ ਪਹੁੰਚਾਤੀਆਂ ਪੂਰੇ ਦੇਸ਼ 'ਚ ਇਹਨਾਂ ਨੇ ਤੇ 70 ਸਾਲਾਂ ਦੇ ਵਿੱਚ ਜੇ ਤੁਸੀਂ ਦੇਖੋ ਜਿਹੜਾ ਕੁਛ ਇਹ ਸੜਕਾਂ ਬਿਜਲੀ ਪਾਣੀ ਦੇਖੋ ਇੱਕ ਸੂਬੇ ਦਾ ਜਿਹੜਾ ਸਭ ਤੋਂ ਵੱਡਾ ਜੇ ਕਹੀਏ ਕਿ ਡਵੈਲਪਮੈਂਟ ਕਿਸ ਚੀਜ਼ ਨਾ ਹੁੰਦੀ ਹੈ ਤਿੰਨ ਚਾਰ ਚੀਜ਼ਾਂ ਨੇ ਤੁਹਾਡਾ ਜਿਹੜੀ ਇਨਫਰਾਸਟ੍ਰਕਚਰ ਤੁਹਾਡੀ ਮੈਡੀਕਲ ਤੁਹਾਡੀ ਐਜੂਕੇਸ਼ਨ ਤੁਹਾਡੀ ਪਾਵਰ ਸਪਲਾਈ ਤੇ ਉਸ ਤੋਂ ਵੱਡੀ ਜਿਹੜੀ ਹੈ ਕਾਨੂੰਨ ਵਿਵਸਥਾ ਜਿਹੜੀ ਸੂਬੇ ਸ਼ਾਂਤੀ ਜਿਹੜੀ ਭਾਈਚਾਰਕ ਸਾਂਝ ਹੁਣ ਤੁਸੀਂ ਇਹ ਦੱਸੋ ਵੀ ਪਿਛਲੇ 7 ਮਹੀਨੇ 8 ਮਹੀਨਿਆਂ ਚ ਜਿਹੜੀ ਹੈ ਜਾਂ ਪਿਛਲੇ 1 ਮਹੀਨੇ ਦੀ 7 ਆਲੇ ਤਾਂ ਨਿਕਲ ਗਏ ਹੁਣ 8 ਮਹੀਨਾ ਜਿਹੜਾ ਇਹਦੇ ਚ ਕਾਨੂੰਨ ਵਿਵਸਥਾ ਦੇਖ ਲੋ ਜ਼ੀਰੋ ਖਤਮ ਸ਼ਰਿਆਮ ਪੁਲਿਸ ਕੋਲੇ ਖੜੀ ਐ ਸ਼ਰਿਆਮ ਬੰਦੇ ਨੂੰ ਗੋਲੀਆਂ ਮਾਰਦੇ ਨੇ ਦੂਜੇ ਪਾਸੇ ਜਿਹੜਾ ਤੁਸੀਂ ਕਿਤੇ ਵਿਆਹ ਸ਼ਾਦੀਆਂ ਨੇ ਉਹਨਾਂ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਚੱਲਦੀ ਐ ਉਸ ਤੋਂ ਅਗਲੀ ਗੱਲ ਜਿਹੜੀ ਐ ਕਿਸੇ 8 ਮਹੀਨਿਆਂ ਚ ਆ ਪਿਛਲੇ 8 ਮਹੀਨਿਆਂ ਚ ਕਿਤੇ ਵੀ ਇੱਕ ਇੱਟ ਵੀ ਪੰਜਾਬ ਚ ਲੱਗੀ ਹੋਵੇ ਮੈਂ ਦੇਨਦਾਰ ਹੋਊਗਾ ਇੱਕ ਇੱਟ ਦਿਖਾ ਦੇਣਾ ਹਾਂ ਅਖਬਾਰਾਂ ਚ ਇਸ਼ਤਿਹਾਰ ਜ਼ਰੂਰ ਲੱਗੇ ਨੇ ਉਹ ਜਿਹੜਾ ਬਜਟ ਐ 5-700 ਕਰੋੜ ਜਿਹੜਾ ਪੰਜਾਬ ਦਾ ਐ ਉਹ ਖਰਾਬ ਕਰਦਾ ਉਹ ਚੀਜ਼ਾਂ ਦੇ ਵਿੱਚ ਜੇ ਤੁਸੀਂ ਅੱਜ ਦੇਖੋ ਇੱਕ ਨਾ ਮੈਂ ਤੁਹਾਨੂੰ ਦੱਸਣੀ ਚਾਹਣਾ ਕੱਲ ਪਰਸੋਂ ਨਾ ਮੈਂ ਇੱਕ ਕੇਜਰੀਆਲ ਕਿਉਂਕਿ ਇਹਨਾਂ ਦਾ ਬੌਸ ਹੈ ਕੇਜਰੀਆਲ ਦੀ ਕਹਿੜ ਦੇਖ ਰਿਹਾ ਸੀ ਇੱਕ ਟੀਵੀ ਤੇ ਚੱਲ ਰਿਹਾ ਹੈ ਅਖਬਾਰਾਂ ਚਾ ਰਿਹਾ ਹੈ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਉਹਨੇ ਨਾ ਦਿੱਲੀ ਚ ਯੋਗਾ ਟੀਚਰਾਂ ਲਈ ਨਾ ਪੈਸੇ ਇਕੱਠੇ ਕਰਨ ਲਈ ਇੱਕ ਨੰਬਰ ਜਾਰੀ ਕਰਤਾ ਵੀ ਯੋਗਾ ਟੀਚਰਾਂ ਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਹੈਗੇ ਤੇ ਮੈਂ ਉੱਥੇ ਇਹ ਗੱਲ ਕਹੀ ਵੀ ਵੀਰ ਮੇਰੇਓ ਜਿਹੜੀਆਂ ਤੁਸੀਂ 5-5 ਕਰੋੜ ਦੀਆਂ ਐਡ ਦਿਨਿਓ ਖ਼ਬਾਰਾਂ ਦੇਸ਼ ਦੇ ਸਾਰੇ ਖ਼ਬਾਰਾਂ 'ਚ 5-5 ਕਰੋੜ ਦਾ ਬਜਟ ਹੈ ਜਿਉਂ ਚੋਂ ਤੁਸੀਂ ਮੈਨੂੰ ਲੱਗਦਾ 5 ਲੱਖ ਵੀ ਅੱਡ ਕੱਢ ਲਓ ਤਾਂ ਯੋਗਾ ਟੀਚਰਾਂ ਨੂੰ ਤਨਖਾਹ ਦੇ ਦੋਗੇ ਸੋ ਸਾਨੂੰ ਕੰਮ ਜਿਹੜਾ ਕਰਨ ਵਾਲਾ ਹੈ ਅਨਡਾਊਟਲੀ ਉਹ ਸਹੀ ਗੱਲ ਕਹਿ ਰਹੇ ਨੇ ਕਿਉਂਕਿ 17 ਸਾਲਾਂ 'ਚ ਤਾਂ ਸਕੂਲ ਕਾਲਜ ਸੜਕਾਂ ਬਿਜਲੀ ਪਾਣੀ ਇਸ ਦੇਸ਼ ਨੂੰ ਸੂਬੇ ਨੂੰ ਤਰੱਕੀ ਦਿਵਾਉਣ ਵਾਲਾ ਬਹੁਤ ਕੁਝ ਹੋਇਆ ਪਰ 7 ਮਹੀਨਾ 8 ਮਹੀਨਿਆਂ 'ਚ ਇਹਨਾਂ ਨੇ ਜਿਹੜਾ ਪੰਜਾਬ ਨੂੰ ਖੁੰਝੇ ਲਾਉਣ ਵਾਲਾ ਕੰਮ ਜ਼ਰੂਰ ਕਰਦਾ ਬਿਲਕੁਲ ਜਨਕਿ ਤੁਸੀਂ ਕਹਿਣਾ ਚਾਹੁੰਦੇ ਹੋ ਵੀ 8 ਮਹੀਨਿਆਂ ਚ ਜਿਹੜਾ 70 ਸਾਲਾਂ ਜਿੰਨਾ ਕੰਮ ਨਹੀਂ ਕੀਤਾ ਵੀ ਇਹ ਐਡ ਕਰਨੀ ਚਾਹੀਦੀ ਸੀ ਇਹਨਾਂ ਨੂੰ ਇਹ ਕਰਨਾ ਚਾਹੀਦਾ ਸੀ ਵੀ ਅਸੀਂ ਜਿਹੜੀ ਕਾਨੂੰਨ ਵਿਵਸਥਾ ਹੈ ਉਹਨੂੰ ਜਿੰਨੀ 70 ਸਾਲਾਂ ਚ ਖਰਾਬ ਨਹੀਂ ਹੋਈ ਉਹ ਅਸੀਂ ਸਿਰੇ ਲਿਆ ਕੇ ਹੁਣ ਖਰਾਬ ਖਤਮ ਕਰ ਦਾਂਗੇ ਪੰਜਾਬ ਸੂਬੇ ਦਾ ਰੈਵਨਿਊ ਜਿੰਨਾ ਜਿਹੜਾ ਅੱਗੇ ਹਰ ਸਾਲ ਵਧਦਾ ਜਾਂਦਾ ਸੀ ਉਹਨੂੰ ਜ਼ੀਰੋ ਤੇ ਲੈ ਕੇ ਖੜਾ ਕਰਾਂਗੇ ਜਿਹੜੇ ਰੋਲਾ ਪਾਉਂਦੇ ਸੀ ਕਰਜ਼ਾ ਹਾਏ ਕਰਜ਼ਾ ਹਾਏ ਕਰਜ਼ਾ ਆ ਕਰ ਗਿਆ ਤੇ ਉਹਨਾਂ ਨੇ ਤਾਂ ਪਿਛਲੇ 6 ਮਹੀਨਿਆਂ ਚ 15 ਕੁ ਹਜ਼ਾਰ ਕਰੋੜ ਦਾ ਕਰਜ਼ਾ ਵੀ ਲੈ ਲਿਆ ਤੇ ਫਿਰ ਇਹ ਕੀ ਹੈ ਇਹ 17 ਪਰ ਪਰ ਗੋਲਡੀ ਜੀ ਕਾਨੂੰਨ ਵਿਵਸਥਾ ਦੀ ਤੁਸੀਂ ਗੱਲਬਾਤ ਕੀਤੀ ਆ ਪਰ ਇਲਜ਼ਾਮ ਜਿਹੜੇ ਲਾ ਰਹੀ ਆ ਆਮ ਆਦਮੀ ਪਾਰਟੀ ਸਰਕਾਰ ਤੁਹਾਡੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਖਾਸ ਕਰਕੇ ਕਾਂਗਰਸ ਪਾਰਟੀ ਤੇ ਕਿ ਉਹਨਾਂ ਨੇ ਗੈਂਗਸਟਰ ਪੈਦਾ ਕਰੇ ਹੋਣੇ ਜੀ ਉਹ ਗੈਂਗਸਟਰ ਹੁਣ ਕਿਤੇ ਨਾ ਕਿਤੇ ਅਸੀਂ ਕਾਬੂ ਕਰ ਰਹੇ ਹਾਂ ਪੂਰੇ ਵੀ ਉਹਨਾਂ ਦੇ ਪਾਲੇ ਹੋਏ ਤੇ ਉਹਨਾਂ ਦੇ ਬਣਾਏ ਹੋਏ ਨੂੰ ਸਮਾਂ ਲੱਗੂ ਥੋੜਾ ਜਿਹਾ ਕਾਬੂ ਕਰ ਲਾਂਗੇ ਸਰ ਕਿੰਨਾ ਕੁ ਸਮਾਂ ਮਾਜਾ ਸਾਹਿਬ ਉਹਦਾ ਕੇਜਰੀਵਾਲ ਦਾ ਇੱਕ ਬਿਆਨ ਆਇਆ ਸੀ ਤੁਸੀਂ ਯਾਦ ਕਰੋ ਕਹਿੰਦਾ ਜੇ ਸੂਬੇ ਦਾ ਮੁੱਖ ਮੰਤਰੀ ਇਮਾਨਦਾਰ ਹੋਵੇ ਜੇ ਸੂਬੇ ਦਾ ਡੀਜੀਪੀ ਇਮਾਨਦਾਰ ਹੋਵੇ ਚਾਰ ਦਿਨਾਂ ਚ ਨਸ਼ਾ ਮੁਕ ਸਕਦਾ ਚਾਰ ਦਿਨਾਂ ਚ ਗੈਂਗਸਟਰ ਖਤਮ ਹੋ ਸਕਦੇ ਹੁਣ ਤਾਂ 8 ਮਹੀਨੇ ਹੋ ਗਏ ਪਹਿਲੀ ਗੱਲ ਦੂਜੀ ਇਹਨਾਂ ਦੇ ਬੰਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕੀ ਅਕਸਰ ਇੱਕ ਡਾਇਲੋਗ ਬੋਲਦੇ ਨੇ ਕਹਿੰਦਾ ਜੀ ਹੱਥਾਂ ਨਾਲ ਪਾਈਆਂ ਗੰਡਾ ਮੂੰਹ ਨਾਲ ਖੋਲ੍ਹੇ ਨੇ ਪੈਂਦੀ ਇਹਨੇ ਮੈਂ ਕਿਹਾ ਭਾਈ ਚਲੋ ਪਿਛਲੇ ਨੇ ਤਾਂ ਹੱਥਾਂ ਨਾਲ ਪਾਤੀਆਂ ਫਿਰ ਹੁਣ ਮੂੰਹ ਨਾਲ ਖੋਲੋ ਨਾ 8 ਮਹੀਨੇ ਹੋ ਗਏ ਖੋਲੋ 8 ਮਹੀਨਿਆਂ ਚ ਕੀ ਇਹੋ ਜਿਹਾ ਕੀਤਾ ਤੁਸੀਂ 8 ਮਹੀਨਿਆਂ ਚ ਜਿਹੜੀ ਸੂਬੇ ਦੀ ਜਿਹੜੀ ਦਿਸ਼ਾ ਹੈ ਨਾ ਉਹ ਦਰਦਸ਼ਾ ਹੋ ਰਹੀ ਹੈ ਨਗਾਰ ਜਿਹੜਾ 마ੜੇ ਪਾਸੇ ਨੂੰ ਜਿਹੜਾ ਪਰਚਲਨ ਜਿਹੜਾ ਅੱਜ ਮੈਨੂੰ ਇਹ ਦੱਸੋ ਇਸ ਸਰਕਾਰ ਦੇ ਵਿੱਚ ਆਪਾਂ ਸੰਗਰੂਰ ਹਲਕੇ 'ਚ ਖੜੇ ਆ ਮੁੱਖ ਮੰਤਰੀ ਦਾ ਏਰੀਆ ਮੈਨੂੰ ਇੱਕ ਕੰਮ ਇਹ ਜਾ ਗਣਾ ਦਿਓ ਜਿਹੜਾ ਇਹ ਕਹਿ ਸਕਣ ਇਕੱਠਾ ਮਹੀਨਾ ਸਾਡੀ ਅਚੀਵਮੈਂਟ ਹੈ ਇਹਨਾਂ ਨੇ ਉਹ ਆ ਚਲਾਏ ਸੀ ਮੁਹੱਲਾ ਕਲੀਨਿਕ ਇਹਨਾਂ ਨੂੰ ਪੁੱਛੋ ਵੀ ਕਿੰਨੇ ਡਾਕਟਰ ਭਰਤੀ ਕੀਤੇ ਨੇ ਕਿੰਨੀਆਂ ਨਰਸਾਂ ਭਰਤੀ ਕੀਤੀਆਂ ਨੇ ਉਹ ਡਾਕਟਰ ਨਰਸਾਂ ਤਾਂ ਪਹਿਲਾਂ ਨਹੀਂ ਸੀਦਾ ਰੌਲਾ ਪਾਉਂਦੇ ਸੀ ਤੁਸੀਂ ਵੀ ਸੂਬੇ 'ਚ ਜੀ ਸੇ ਸਹੂਲਤਾਂ ਨਹੀਂ ਹੈਗੀਆਂ ਡਾਕਟਰ ਨਹੀਂ ਭਰਤੀ ਕੀ ਇੱਕ ਭਰਤੀ ਦੱਸੋ ਕਿਹੜੀ ਇਹ ਜੀ ਕੀਤੀ ਪਰ ਮੁਹੱਲਾ ਕਲੀਨਿਕਾਂ 'ਚ ਕਿਹਾ ਗਿਆ ਕਿ ਐਮਬੀਬੀਐਸ ਡਾਕਟਰ ਪੂਰਾ ਸਟਾਫ ਅਸੀਂ ਪੂਰਾ ਪ੍ਰੋਪਰ ਜਿੰਨੀ ਘਾੜਤੀ ਉਹ ਭਰਤੀ ਕਰੇ ਨੇ ਜੀ ਨਵੇਂ ਭਰਤੀ ਕਰਕੇ ਬਿਠਾਏ ਨੇ ਜੀ ਉੱਥੇ ਮੁਹੱਲਾ ਕਲੀਨਿਕਾਂ ਨੂੰ ਦੱਸੋ ਤਾਂ ਸਹੀ ਕਿਹੜਾ ਭਰਤੀ ਕੋਈ ਨੋਟੀਫਿਕੇਸ਼ਨ ਦਿਖਾ ਦਿਓ ਹਾਲੇ ਤਾਂ ਪਹਿਲੇ ਜਿਹੜੇ ਸਿਵਲ ਹਸਪੀਟਲ ਨੇ ਉਹਨਾਂ 'ਚ ਪੂਰੇ ਨਹੀਂ ਹੈਗੇ ਜਿਹੜੀ ਅੱਜ ਪਠਾਨਕੋਟ ਦੇ ਵਿੱਚ ਉਹ ਵਿਚਾਰੀ ਲੇਡੀ ਜਿਹੜੀ ਹੈ ਡਾਕਟਰ ਤੋਂ ਬਿਨਾ ਉਹ ਜਨੇਪਾ ਉੱਥੇ ਹੋਇਆ ਧੂਰੀ ਦੇ ਹਸਪੀਟਲ ਦੀ ਆਉਂਦੀ ਹੈ ਸੰਗਰੂਰ ਦੇ ਹਸਪੀਟਲ ਦੀ ਆਉਂਦੀ ਆ ਪਿੱਛੇ ਜੇ ਤੁਹਾਨੂੰ ਯਾਦ ਆ ਇੱਥੇ ਕਿੰਨਾ ਕਲੇਸ਼ ਹੋਇਆ ਸੀ ਸੰਗਰੂਰ ਦੇ ਹਸਪੀਟਲ ਚ ਉਹ ਡਾਕਟਰਾਂ ਦੀ ਘਾਟ ਕਰਕੇ ਹੋਇਆ ਜੋ ਡਾਕਟਰ ਅਵੇਲੇਬਲ ਹੀ ਨਹੀਂ ਹੈਗੇ ਜਦੋਂ ਉਹ ਨਹੀਂ ਹੈਗੇ ਮੁਹੱਲਾ ਕਲੀਨਿਕਾ ਦਾ ਕਿੱਥੇ ਪਹੁੰਚੋ ਸਿਵਲ ਹਸਪੀਟਲ ਚ ਨਹੀਂ ਆਏਗਾ ਸੋ ਇਸ ਕਰਕੇ ਸੋਚਣ ਦੀ ਲੋੜ ਹੈ ਉਹਨਾਂ ਨੇ ਕੰਮ ਕੀ ਹੈ ਸਿਰਫ ਤੇ ਸਿਰਫ ਇੱਕ ਕੰਮ ਜ਼ਰੂਰ ਕਰਦੇ ਨੇ ਜਿਹੜਾ ਸ਼ਰਾਬ ਨੀਤੀ ਚ ਪੈਸਾ ਕਮਾਉਣਾ ਜਿਹੜਾ 5- ਠੀਕ ਹੈ ਸਰਕਾਰ ਨੂੰ ਨਹੀਂ ਆਪਦੀ ਜੇਬ ਚ ਮੈਨੂੰ ਐ ਦੱਸੋ ਕਿਹੜਾ ਇਹ ਜਿਹਾ ਕਾਰੋਬਾਰ ਹੁੰਦਾ ਜਿੱਦੇ ਤੁਸੀਂ ਇਹ ਕਰਦੇ ਹੋ ਕਿ ਇੰਨੇ ਪਰਸੈਂਟ ਤੁਹਾਨੂੰ ਫਿਕਸ ਦੇਵਾਂਗੇ ਨਹੀਂ ਪੈਸੇ ਵੈਸੇ ਗੋਲਡ ਜੀ ਐਕਸਾਈਜ਼ ਪਾਲਿਸੀ ਦੀ ਗੱਲ ਕਰਾਂਗੇ ਐਕਸਾਈਜ਼ ਪਾਲਿਸੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਅਸੀਂ ਜਿਹੜਾ ਰੈਵਨਿਊ ਆ ਉਹ ਵਧਾਇਆ ਜਿਹੜੀ ਇਨਕਮ ਆ ਉਹ ਵਧਾਈਆ ਉਹ ਸਰਕਾਰੀ ਖਜ਼ਾਨੇ 'ਚ ਪਾਈ ਆ ਜੀ ਸਰ ਅਖਬਾਰਾਂ ਦੀਆਂ ਕਟਿੰਗਸ ਮੈਂ ਕਹਾਂ ਤਾਂ ਭੇਜਦਾ ਨਾ ਉਹਦੇ 'ਚ ਦੇਖੋ 2% ਰੈਵਨਿਊ ਪਹਿਲਾਂ ਨਾਲੋਂ ਘਟਿਆ ਹੈ 2021-22 ਨਾਲੋਂ ਰੈਵਨਿਊ ਘਟਿਆ ਇਹ ਮਹੀਨਿਆਂ ਦਾ ਵਧਿਆ ਨਹੀਂ ਹੈਗਾ ਇਹ ਔਨ ਰਿਕਾਰਡ ਹੈ ਤਾਂ ਆਹ ਟੀ ਮੰਗ ਲਓ ਸਵੇਰੇ ਮੰਗ ਲਓ ਸਾਰਾ ਕੁਝ ਲਈ ਜਿਹੜੇ ਬੰਦੇ ਕਹਿੰਦੇ ਸੀ ਹੈਲੀਕਾਪਟਰ ਤੇ ਨਹੀਂ ਚੜਨਾ ਅਸੀਂ ਗੱਡਾ ਬਣਾ ਲਿਆ ਹੈਲੀਕਾਪਟਰ ਵੀ ਚੜਦੇ ਨੇ ਜਿਹੜੇ ਕਹਿੰਦੇ ਸੀ ਜਹਾਜ਼ਾਂ ਦੀ ਸੈਰ ਕਰਦੇ ਨੇ ਕੇਰੀਅਲ ਦਾ ਵੈਗਨਾਰ ਤੇ ਜਾਊਗਾ ਉਹ ਹੁਣ ਗੁਜਰਾਤ ਵਾਸਤੇ ਪੱਕਾ ਜਹਾਜ਼ ਲੈਂਡ ਨੂੰ ਤਿਆਰ ਹੋ ਗਏ ਟੈਂਡਰ ਕੱਢ ਰੱਖੇ ਨੇ ਹੈ ਤੇ ਜਿਹੜਾ ਆਮ ਆਦਮੀ ਪਾਰਟੀ ਕਹਿੰਦਾ ਸੀ ਇਹ ਵੱਡੀਆਂ ਵੱਡੀਆਂ ਗੱਡੀਆਂ ਲੈਂਡ ਕਰੂਜ਼ਰਾਂ ਉਹਨਾਂ ਨੇ ਉਹੀ ਗੱਡੀਆਂ 33 ਤੋਂ 42 ਵੀ ਕਰਤੀਆਂ ਸੂਬੇ ਨੂੰ ਇਹ ਦੱਸੋ ਵੀ ਕੀ ਇਹ ਜਿਹੜਾ ਇਹ ਕੰਮ ਜ਼ਰੂਰ ਕੀਤੇ ਨੇ ਕੰਮ ਜਿਹੜੇ ਕਰਨ ਵਾਲੇ ਇਹਨਾਂ ਨੇ ਜਿਹੜਾ ਆਵਦਾ ਲਗਜ਼ਰੀ ਸਿਸਟਮ ਹੈ ਆਮ ਆਦਮੀ ਤੋਂ ਖਾਸ ਆਦਮੀ ਜ਼ਰੂਰ ਬਣ ਗਏ ਬਾਕੀ 8 ਮਹੀਨਿਆਂ ਚ ਕੋਈ ਕੰਮ ਨਹੀਂ ਹੋਇਆ ਮੁੱਖ ਮੰਤਰੀ ਸਾਹਿਬ ਤੁਹਾਡੇ ਜ਼ਿਲ੍ਹੇ ਦੇ ਨੇ ਸੰਗਰੂਰ ਦੇ ਨੇ ਸੰਗਰੂਰ ਕੋਠੀ ਆ ਬਹੁਤ ਲੰਬਾ ਘਰਾਓ ਚੱਲਿਆ 2022 ਦਿਨ ਭਾਰਤੀ ਕਿਸਾਨ ਜੁਨੇ ਨੂੰ ਉਗਰਾਹਾ ਤਿੰਨ ਚਾਰ ਮਹੀਨੇ ਹੋਰ ਧਰਨੇ ਲੱਗੇ ਇੱਕ ਗੱਲ ਕਹਿ ਰਹੇ ਨੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਹੁਣ ਕੋਈ ਧਰਨਾ ਨਹੀਂ ਜੀ ਸਾਰੇ ਮਨਾ ਲਏ ਉਹ ਬੰਦੇ ਸੈੱਟ ਕਰਦੇ ਧਰਨੇ ਖਤਮ ਕਰਵਾਤੇ ਗੱਲ ਇਹ ਹੈ ਵੀ ਕਈ ਵੀ ਜਿਹੜੀ ਐ ਮੁੱਖ ਮੰਤਰੀ ਦੀ ਕਈ ਤਾਂ ਸੈਟਿੰਗ ਨਾਲ ਹੀ ਕੰਮ ਕਰ ਲਾਂਦਾ ਆਪਦੀ ਆਪ ਹੀ ਕਰਾ ਕੇ ਤੇ ਆਪ ਹੀ ਬੰਦ ਕਰਾ ਲਾਂਦਾ ਧਰਨੇ ਖਤਮ ਨਹੀਂ ਹੋਏ ਇਹ ਸੋਚੋ ਵੀ ਇਹ ਧਰਨੇ ਵਾਲੇ ਉਹਨਾਂ ਦੇ ਪਿੱਛੇ ਪਿੱਛੇ ਜਿੱਥੇ ਇਲੈਕਸ਼ਨ ਚ ਗਿਆ ਉੱਥੇ ਗਏ ਹੋਏ ਨੇ ਅੱਜ ਜਿਹੜੇ ਟੀਚਰ ਨੇ ਸ਼ਿਮਲੇ ਚ ਵੀ ਹਿਮਾਚਲ ਚ ਵੀ ਉਹ ਕਰ ਰਹੇ ਜਲੂਸ ਕੱਢਦੇ ਨੇ ਇਹਨਾਂ ਦਾ ਤੇ ਉਹ ਉਧਰੋਂ ਜਿਹੜੇ ਜੀਓਆਈ ਵਾਲੇ ਨੇ ਜੀਓਜੀ ਵਾਲੇ ਨੇ ਉਹ ਗੁਜਰਾਤ ਚ ਫਿਰਦੇ ਨੇ ਇਹ ਧਰਨੇ ਜਿੱਦੇ ਉਥੋਂ ਵੋਟਾਂ ਖਤਮ ਹੋ ਗਿਆ ਧਰਨੇ ਫੇਰ ਇਹਦੇ ਦਰਦੇ ਮੂਰੇ ਹੋਣਗੇ ਪਰ ਪੰਗਾ ਇਹ ਹੈ ਮੈਂ ਉਹਨਾਂ ਨੂੰ ਬੇਨਤੀ ਕਰਨਾ ਵੀ ਇੱਥੇ ਤਾਂ ਉਹ 8 ਮਹੀਨਿਆਂ ਚੋਂ ਅੱਠ ਵਾਰੀ ਵੀ ਨਹੀਂ ਆਇਆ ਇੱਥੇ ਧਰਨੇ ਲਾ ਕੇ ਸਮਾਂ ਖੱਜਲ ਖਵਰੀ ਹੈ ਸੋ ਉਹਨਾਂ ਦਾ ਕੀ ਮਕਸਦ ਹੈ ਉਹਨਾਂ ਨੇ ਇੱਕ ਵਾਰੀ ਸੱਤਾ ਲੈਣੀ ਸੀ ਝੂਠ ਬੋਲ ਕੇ ਕਪਟ ਛਲ ਕਰਕੇ ਉਹ ਸੱਤਾ ਲੈਣੀ ਸੀ ਲੈ ਲਈ ਉਹ ਤੋਂ ਇਲਾਵਾ ਉਹਨਾਂ ਦਾ ਕੋਈ ਮਕਸਦ ਨਹੀਂ ਸੀ ਉਹ ਮਕਸਦ ਉਹਨਾਂ ਦਾ ਹੁਣ ਪੂਰਾ ਹੋ ਗਿਆ ਹੁਣ ਉਹਨਾਂ ਨੇ ਕੀ ਕਰਨਾ ਪੰਜਾਬ ਦਾ ਪੈਸਾ ਕੱਢ ਕੇ ਦੂਜੇ ਸੂਬਿਆਂ ਚ ਲਾਉਣਾ ਤੇ ਅਗਲੀ ਆਪਦੀ ਜਿਹੜੀ ਇੱਛਾ ਪੂਰਤੀ ਹੈ ਉਹ ਹੈਗੀ ਆ ਵੀ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਉਹਨੇ ਚਲੋ ਪਾਰਟੀ ਨੇ ਬਣਾਉਣਾ ਬਾਣੀ ਜਾਣਾ ਉਹਨਾਂ ਨੇ ਉਹਨਾਂ ਦੀ ਆਪਦੀ ਪਾਰਟੀ ਹੈ ਘਰ ਦੀ ਪਾਰਟੀ ਹੈ ਕੇਜਰੀਵਾਲ ਸਿੰਘ ਸਿੰਗਲ ਮੈਨ ਪਾਰਟੀ ਹੈ ਠੀਕ ਹੈ ਨਾ ਤੇ ਉਹਨੇ ਆਪਦੀ ਪਾਰਟੀ ਦੇ ਆਪ ਹੀ ਬਾਣੀ ਜਾਣਾ ਸੁਪਰੀਮੋ ਹੈ ਸੋ ਇਸ ਕਰਕੇ ਉਹਦਾ ਮਕਸਦ ਹੋਰ ਕੋਈ ਨਹੀਂ ਹੈ ਸਿੰਪਲੀ ਇੱਕ ਚੀਜ਼ ਹੈ ਉਹਦੇ ਤੇ ਉਹਦਾ ਫੋਕਸ ਇਹ ਹੈ ਕਿ ਮੈਂ ਨੈਸ਼ਨਲ ਪੋਲਿਟਿਕਸ ਦੇ ਵਿੱਚ ਆ ਜਾ ਆ ਇਹ ਤੋਂ ਇਲਾਵਾ ਤੁਸੀਂ ਵੀ ਇੱਥੇ ਰਹਿੰਦੇ ਹੋ ਆਪਾਂ ਵੀ ਸਾਰੇ ਇੱਥੇ ਤੁਰੇ ਫਿਰਦੇ ਆ ਕਿਸੇ ਲੀਡਰ ਦੀ ਅਵੇਲੇਬਿਲਟੀ ਕਿਸੇ ਲੀਡਰ ਦੇ ਕਹਿਣ ਤੇ ਕੋਈ ਕੰਮ ਹੁੰਦਾ ਹੋਵੇ ਕਿਸੇ ਲੀਡਰ ਨੂੰ ਕੋਈ ਮਿਲਦਾ ਹੋਵੇ ਲੋਕ ਮੈਂ ਪਹਿਲੀ ਸਰਕਾਰ ਦੇਖੀ ਹੈ ਜਿਹਦੇ 8 ਮਹੀਨਿਆਂ ਚ ਲੋਕ ਐ ਲੈ ਲਓ ਵੀ ਲੋਕਾਂ ਦੇ ਨੱਕੋ ਬੁੱਲੋ ਮੂੰਹੋ ਸਭ ਪਾਸਿਓਂ ਜਿਹੜੀ ਉਹ ਲਹਿ ਗਈ ਸੋ ਪਹਿਲੀ ਸਰਕਾਰ ਹੈ ਬਿਲਕੁਲ ਵੈਸੇ ਕਿਵੇਂ ਦੇਖਦੇ ਹੋ ਤੁਸੀਂ ਜੇ 8 ਮਹੀਨਿਆਂ ਦੀ ਵੀ ਗੱਲਬਾਤ ਕਰੀਏ ਵੀ 8 ਮਹੀਨਿਆਂ ਚ ਜਿਵੇਂ ਦੇ ਸਾਰੇ ਕੰਮ ਤੁਸੀਂ ਪਹਿਲਾਂ ਵੀ ਮੈਂ 7 ਮਹੀਨੇ ਜਦੋਂ ਪੂਰੇ ਹੋਏ ਸੀ ਇੰਟਰਵਿਊ ਤੁਹਾਡੀ ਕਰੀ ਸੀ ਵੀ ਕਿੰਨੇ ਨੰਬਰ ਦੇਮੋਗੇ 10 ਚੋਂ ਕਿੰਨੇ ਨੰਬਰ ਹੁਣ ਕਿੰਨੇ ਨੰਬਰ ਦੇਣੇ 8 ਮਹੀਨੇ ਹੋ ਗਏ ਵੀ ਕਿੰਨੇ ਕੰਮ ਵੱਧ ਨੰਬਰ ਦੇਮੋਗੇ ਕਿ ਬਤਾਓ ਮੈਂ ਉਦੋਂ ਪਹਿਲਾਂ 0 ਤੋਂ ਮੈਂ ਕਿਹਾ ਸੀ ਮਾਈਨਸ 0 ਹੁਣ ਮਾਈਨਸ ਅੱਗੇ 0 ਦੇਵੇ ਕਿ 00 ਪਾਈ ਚਲੋ ਠੀਕ ਹੈ ਕੰਮ ਗੱਲ ਇਹ ਹੈ ਮਾਜਾ ਸਾਹਿਬ ਮਸਲਾ ਪਤਾ ਕਿੱਥੇ ਆ ਇਹ ਆਪਾਂ ਗੱਲਾਂ ਕਰ ਰਹੇ ਹਾਂ ਵੀ ਆਰ ਆ ਨੰਬਰ ਦੇ ਤੇ ਨੰਬਰਾਂ ਦਾ ਇਹ ਨਹੀਂ ਯਾਰ ਸਾਡੇ ਪੰਜਾਬ ਦੇ ਹਾਲਾਤ ਕਿੱਥੇ ਜਾ ਰਹੇ ਨੇ ਤੁਸੀਂ ਜਿਹੜੀ ਸ਼ਾਂਤੀ ਭਾਈਚਾਰਕ ਸਾਂਝ ਹੈ ਤੁਹਾਡੇ ਚੈਨਲਾਂ ਤੇ ਅਸੀਂ ਬੋਲਦੇ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅੱਜ ਕਿਤੇ ਕੋਈ ਕੰਮ ਹੁੰਦਾ ਮੇਰੇ ਕੋਲ ਕਈ ਬਿਜ਼ਨਸਮੈਨ ਆਉਂਦੇ ਨੇ ਪੁੱਛਦੇ ਨੇ ਜਾਂ ਕੋਈ ਕਾਰੋਬਾਰੀ ਛੋਟੇ ਛੋਟੇ ਦੁਕਾਨ ਵੀਰ ਜੀ ਮਾਹੌਲ ਠੀਕ ਰਹੇਗਾ ਯਾਰ ਕੰਮ ਨੂੰ ਅਸੀਂ ਵਧਾਈਏ ਕਿ ਘਟਾਈਏ ਜਨ ਕਿ ਡਰ ਪੈਦਾ ਹੋਇਆ ਬੇਫਾਇਦਾ ਹੋਇਆ ਜਿਹੜੀ ਦੇਖੋ ਇਹ ਚੀਜ਼ਾਂ ਨੇ ਨਾ ਇਹ ਮਾਹੌਲ ਜਿਹੜਾ ਪੈਦਾ ਕਿਸੇ ਨੂੰ ਯਾਰ ਤੁਸੀਂ ਝੂਠ ਬੋਲ ਬੋਲ ਕੇ ਤੁਸੀਂ ਝੂਠ ਬੋਲ ਬੋਲ ਕੇ ਕਿੰਨੀ ਦੇਰ ਚਲਾਉਂਗੇ ਲਾ ਐਂਡ ਆਰਡਰ ਜਿਹੜਾ ਹੈ ਉਹਨੂੰ ਮੇਨਟੇਨ ਕਰਨਾ ਸੂਬੇ ਦੀ ਜ਼ਿੰਮੇਵਾਰੀ ਹੈ ਉਹ ਡੀਜੀਪੀ ਸੀਐਮ ਇਹਨਾਂ ਦੀ ਜ਼ਿੰਮੇਵਾਰੀ ਹੈ ਤੇ ਸੀਐਮ ਇਸ ਦਾ ਸੁਪਰੀਮ ਤੇ ਜਿਹੜੇ ਜਿਹੜੇ ਲੋਕ ਇਹਨਾਂ ਗੱਲਾਂ ਤੇ ਚਰਚਾ ਕਰਦੇ ਸੀ ਅੱਜ ਉਹਨਾਂ ਦੇ ਕਦੇ ਤੁਸੀਂ ਮੈਨੂੰ ਐਸੋ ਭਗਵੰਤ ਮਾਨ ਜਿਹੜਾ ਪਹਿਲਾਂ ਗੱਡੀਆਂ ਦੇ ਉੱਤੇ ਬਹਿ ਬਹਿ ਜਿਹੜਾ ਸੀ মিডিਆ ਨੂੰ ਸੰਬੋਧਨ ਕਰਦਾ ਸੀ ਕਿੰਨੇ ਵਾਰ ਮਰਜਾ ਸਾਹਿਬ ਐਂ ਦੱਸੋ ਤੁਹਾਨੂੰ ਹੁਣ ਕਿੰਨੇ ਵਾਰ ਕਿੰਨੇ ਵਾਰ ਮਿਲਿਆ ਸਰਕਾਰ ਤੋਂ ਕਦੇ ਤੁਹਾਡੀ ਇੰਟਰਵਿਊ ਕੀਤੀ ਹੈ ਨਹੀਂ ਕੀਤੀ ਥੋੜੇ ਪੰਜਾਬੀ ਲੋਕ ਚੈਨਲ ਤੇ ਨਹੀਂ ਕੀਤੀ ਹੁਣੇ ਗਰੰਟੀ ਤੇ ਪਹਿਲਾਂ ਤੁਸੀਂ ਐਂ ਕਹਿੰਦੇ ਹੱਥ ਦੇ ਕੇ ਖੜਾ ਲਾਂ ਦੀ ਲੈ ਖੜ ਜਾ ਕਿਉਂਕਿ ਉਦੋਂ ਸਰਕਾਰ ਸੱਤਾ 'ਚ ਆਉਣਾ ਸੀ ਇਹ ਹਾਲਾਤ ਨੇ ਪਰ ਅੱਜ ਵੀ ਪ੍ਰਕਾਸ਼ ਸਿੰਘ ਬਾਦਲ ਸੁਖਬੀ ਸਿੰਘ ਬਾਦਲ ਨੂੰ ਹੋਰ ਕਿਸੇ ਲੀਡਰਾਂ ਨੂੰ ਜਿਹਨੂੰ ਤੁਸੀਂ ਕਹੋਗੇ ਅੱਜ ਵੀ ਉਵੇਂ अवेलेबल ਨੇ ਅਸੀਂ 15 ਸਾਲ ਪਹਿਲਾਂ ਵੀ ਇਹ ਜੀ ਸੋ ਸੱਤ ਸਰਕਾਰ ਬਣੀ ਸੀ ਉਦੋਂ ਵੀ ਇਹੇ ਚੱਲਦੇ ਸੀ ਅੱਜ ਵੀ ਉਵੇਂ ਹੀ ਆ ਅੱਗੇ ਵੀ ਐਵੇਂ ਹੀ ਰਹਿਣਾ ਬਿਲਕੁਲ ਇਹ ਹਿਮਾਚਲ ਦੀਆਂ ਚੋਣਾਂ ਹੋ ਗਈਆਂ ਜੀ ਬੋਟਾਂ ਪੈ ਗਈਆਂ ਗੁਜਰਾਤ ਦੀਆਂ ਪੈਣੀਆਂ ਨੇ 8 ਦਸੰਬਰ ਨੂੰ ਨਤੀਜੇ ਆਉਣੇ ਨੇ ਕੀ ਲੱਗਦਾ ਤੁਹਾਨੂੰ ਕਿਹੜੀ ਪਾਰਟੀ ਦੀ ਟੱਕਰ ਕਿਸ ਨਾਲ ਰਹਿਣ ਵਾਲੀ ਹੈ ਅਨੁਮਾਨ ਦੋਨਾਂ ਸਟੇਟਾਂ ਦੀ ਦੇਖੋ ਗੱਲ ਇਹ ਹੈ ਵੀ ਬੀਜੇਪੀ ਤੇ ਕਾਂਗਰਸ ਦੀ ਟੱਕਰ ਹੋਣੀ ਹੈ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਕਿਉਂਕਿ ਤਿੰਨੇ ਪਾਰਟੀਆਂ ਨੇ ਉਹ ਤਾਂ ਕਹਿੰਦਾ ਵੀ ਫਾੜੀ ਵਾਲਾ ਕੰਮ ਹੈ ਫਾੜੀ ਇਹਨਾਂ ਨੇ ਰਹਿਣਾ ਹੈ ਤੇ ਹਿਮਾਚਲ ਤਾਂ ਇਹ ਵੀ ਪਤਾ ਲੱਗਿਆ ਜੋ ਸੁਣਨ ਚ ਆਇਆ ਵੀ ਕਿਤੇ ਗਿਣਤੀ ਜੀ ਹੈ ਨਹੀਂ ਇਹ ਉਥੇ ਤਾਂ ਛੱਡਿਆ ਆ ਆਪਦੀ ਉਦੋਂ ਬਾਅਦ ਇਹਨਾਂ ਗੁਜਰਾਤ ਚ ਜ਼ੋਰ ਲੱਗਿਆ ਉਥੇ ਹੋ ਸਕਦਾ ਹੈ ਕਿ ਕੋਈ 2 4 5 ਸੀਟਾਂ ਲੈ ਜਾਣਾ ਇਹ ਪਰ ਆਦਰਵਾਇਜ਼ ਇਹਨਾਂ ਦਾ ਕਿਤੇ ਕੋਈ ਦਾਲ ਨਹੀਂ ਤਾਵਾ ਕਰ ਰਹੇ ਨੇ ਕਿ ਵਿਰੋਧੀ ਧਿਰ ਚਾਵਾਂਗੇ ਬਸ ਤਾਂ ਸਰਕਾਰ ਬਣਾਉਣ ਦਾ ਨਮਾਨਾ ਵੀ ਨਹੀਂ ਟੱਕਰ ਦਵਾਂਗੇ ਜ਼ਬਰਦਸਤ ਟੱਕਰ ਦਵਾਂਗੇ ਪੂਰੀ ਬੀਜੇਪੀ ਦੇ ਘੜਚ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਪੰਜਾਬ ਵਾਲੀ ਸੀ ਜਿਹੜੇ ਥੋੜhia ਕਿਉਂਕਿ ਭੋਲੇ ਲੋਕ ਨੇ ਉਹ ਗੁਜਰਾਤੀ ਨੇ ਉਹ ਸਭ ਕੁਝ ਨਾਪ ਤੋਲ ਕੇ ਚਲਾਉਂਦੇ ਨੇ ਇੱਥੇ ਜਿਹੜੇ ਪੰਜਾਬੀ ਨੇ ਤਾਂ ਇਹ ਤਾਂ ਤੁਸੀਂ ਉਹਨਾਂ ਨੂੰ ਚਾਰ ਗੱਲਾਂ ਵਿਚਾਰਾਂ ਨੂੰ ਸੁਣਾਤੀਆਂ ਪੁੱਠੀਆਂ ਸਿੱਧੀਆਂ ਮੇਰੇ ਕਈ ਦੇ ਖਿਲਾਫ ਬੋਲਦੋ ਉਹਦੇ ਖਿਲਾਫ ਬੋਲਦੋ ਇਹਨੇ ਐ ਕਰਤਾ ਬਾਦਲਾਂ ਨੇ ਐ ਕਰਤਾ ਕੈਪਟਨ ਨੇ ਐ ਕਰਤਾ ਉਹ ਸੁਣ ਲਿਆ ਗੁਜਰਾਤੀ ਤਾਂ ਇੱਕ ਇੱਕ ਜਿਹੜੀ ਇੱਕ ਇੱਕ ਗੱਲ ਵੀ ਜੇ ਸ਼ਬਦ ਵੀ ਕੱਢਦਾ ਉਹਨੂੰ ਵੀ ਪਹਿਲਾਂ ਤੋਲਦਾ ਵੀ ਇਹ ਸਹੀ ਆ ਦਾ ਮੁੱਲ ਕਿਹ ਹੈ ਜੈ ਸੋ ਇਹਨਾਂ ਨੂੰ ਸਮਝ ਹਲੇ ਨਾ ਹੁਣ ਆ ਆਜੂਗਾ ਰਿਜ਼ਲਟ ਨਤੀਜਾ ਕਹਿੰਦਾ ਕੋਈ ਨਾ ਅੱਗੇ ਆਉਣਗੇ ਸਾਰਾ ਕੁਝ ਅੱਗੇ ਆਉਣਾ ਤੇ ਆ ਜਾਣਾ ਦੇਖੀ ਚੱਲੋ ਕੀ ਕੀ ਬਣਦਾ ਪਰ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਮਾਜਾ ਸਾਹਿਬ ਸਰਕਾਰ ਨੂੰ ਅਪੀਲ ਕਰਦਿਆਂ ਮੱਖ ਮੰਤਰੀ ਨੂੰ ਅਪੀਲ ਕਰਦਿਆਂ ਕੇਜਰੀਵਾਲ ਸਾਹਿਬ ਨੂੰ ਅਪੀਲ ਕਰਦਿਆਂ ਕਿ ਕਿਰਪਾ ਕਰਕੇ ਪੰਜਾਬ ਦੀ ਹਿੱਕ ਤੇ ਲੱਤ ਧਰ ਕੇ ਤੁਸੀਂ ਦੇਸ਼ ਨੂੰ ਜਿਹੜਾ ਹੈ ਨਾ ਉਹਦੇ ਵਿੱਚ ਰਾਜਨੀਤੀ ਨਾ ਕਰੋ ਪੰਜਾਬ ਜਿਹੜਾ ਹੈ ਪਹਿਲੀ ਬਹੁਤ ਕੁਸ਼ਿ ਨੇ ਸਹਿ ਪਹਿਲੀ ਬਹੁਤ ਕੁਸ਼ਿ ਨੇ ਸਮਝਿਆ ਪਹਿਲੀ ਬਹੁਤ ਕੁਸ਼ਿ ਨੇ ਤਸ਼ੱਦਦ ਚੱਲੇ ਨੇ ਕਿਰਪਾ ਕਰਕੇ ਇਹਨੂੰ ਉਸ ਪਾਸੇ ਨੂੰ ਲੈ ਕੇ ਨਾ ਜਾਓ ਕਿਉਂਕਿ ਇਹ ਹਾਲਾਤ ਜਿਹੜੇ ਨੇ ਅੱਜ ਦੇ ਜੇ ਅਸੀਂ ਕਹੀਏ ਕਿ ਜਿਹੜੀ ਇੱਕ ਦੂਜੇ ਨਾਲ ਸਾਂਝ ਧਰਮ ਨੂੰ ਵੰਡਣ ਦੀ ਜਾਤ ਨੂੰ ਵੰਡਣ ਦੀ ਮਜ਼ਰ ਨੂੰ ਵੰਡਣ ਦੀ ਲੋਕਾਂ ਨੂੰ ਵੰਡ ਕੇ ਬੇਤਿਆਨੀ ਕਰਕੇ ਪੰਜਾਬ ਜਿਹੜਾ ਉਹਨੂੰ ਖਾਤਮੇ ਦੇ ਕਿਨਾਰੇ ਤੇ ਨਾਲ ਲੈ ਕੇ ਜਾਉ ਬਹੁਤ ਸਾਰੇ ਲੋਕ ਅਸੀਂ ਤਾਂ ਦੇਖੋ 6 ਸਾਲ ਹੋ ਗਏ ਸੱਤਾ ਤੋਂ ਬਾਅਦ 6 ਮਹੀਨਾ ਸਾਲ ਨਿਕਲ ਗਿਆ ਸਾਡਾ ਤਾਂ ਹੁਣ ਸਾਡੇ ਲਈ ਤਾਂ ਕੁਝ ਨਹੀਂ 6 ਸਾਲਾਂ ਚ 5 ਸਾਲ ਉਹਨਾਂ ਨੇ ਕੱਟਲੇ 8 ਮਹੀਨੇ ਇਹਨਾਂ ਦੇ ਹੋ ਗਏ ਤਾਂ ਮੇਰੇ ਅਕੋਰਡਿੰਗਲੀ ਸਾਡੇ ਲਈ ਤਾਂ ਕੁਝ ਨਹੀਂ ਹੋਣ ਹੁਣ ਸਾਡੇ ਤੇ ਜੋ ਕੋਈ ਬੋਲਣ ਵਾਲਾ ਬੰਦਾ ਉਹ ਤਾਂ ਹੁਣ ਇੱਕ ਰਟ ਰਟ ਆਏ ਨਾ ਇਹਨਾਂ ਦੇ ਡਾਇਲੌਗਸ ਹੁੰਦੇ ਨੇ ਇਹਨਾਂ ਦੇ ਬੰਦਿਆਂ ਦੇ ਰਟ ਰਟ ਆਏ ਕਮੈਂਟ ਜਿਹਾ ਹੁੰਦੇ ਨੇ ਉਹ ਤੁਸੀਂ ਕੀ ਕਰਤਾ ਤੁਸੀਂ 70 ਸਾਲਾਂ ਚ ਖਾ ਗਏ ਤੁਸੀਂ ਫਲਾਂ ਵੀਰ ਮੇਰਿਓ ਹੁਣ ਤੁਸੀਂ ਜਿਹੜੀ ਜ਼ਿੰਮੇਵਾਰੀ ਇਹ ਕਹੀ ਸੀ ਕਿ ਅਸੀਂ 7 ਮਹੀਨਿਆਂ ਚ ਅਸੀਂ 1 ਮਹੀਨੇ ਚ ਅਸੀਂ 2 ਮਹੀਨਿਆਂ ਚ ਅਸੀਂ ਆਹ ਕੰਮ ਕਰਕੇ ਦੇਵਾਂਗੇ ਇਹ ਹੁਣ ਕਰਨੇ ਪੈਣੇ ਨੇ ਹੁਣ ਇਹ ਨਾ ਕਰਿਓ ਕਿ ਪੰਜਵੇਂ ਸਾਲ 'ਚ ਜਾ ਕੇ ਕਹੋ ਅਸੀਂ ਤਾਂ ਬੜੀ ਕੋਸ਼ਿਸ਼ ਕੀਤੀ ਜੀ ਪਰ ਇਹਨਾਂ ਨੇ ਬੜਾ ਖਰਾਬ ਕੀਤਾ ਹੋਇਆ ਸੀ ਇਸ ਕਰਕੇ ਸਾਨੂੰ 5 ਸਾਲ ਹੋਰ ਦੇ ਦਿਓ ਇਹ ਹੋਣਾ ਹੈ ਆ 2024 'ਚ ਵੀ ਇਹੀ ਕਹਿਣਾ ਹੈ ਅਸੀਂ ਦੇਸ਼ ਨੂੰ ਸਹੀ ਕਰਨਾ ਹੈ ਅਸੀਂ ਦੇਸ਼ ਨੂੰ ਜੋੜਨਾ ਹੈ ਅਸੀਂ ਦੇਸ਼ ਨੂੰ ਐਂ ਕਰਨਾ ਹੈ ਅਸੀਂ ਦੇਖੋ ਜੀ ਅੱਗੇ ਜੋ ਕੇਂਦਰ ਨਾਲ ਹੋ ਜੂਗਾ ਫਿਰ ਸਾਡੇ ਕੋਲੇ ਸੱਤਾ ਹੋਰ ਆਜੂਗੀ ਪੈਸਾ ਇਹ ਚੀਜ਼ਾਂ ਬੋਲਣਗੇ ਇਹ ਇਹ ਗੱਲਾਂ ਨੇ ਗੱਲਾਂ ਦਾ ਕੜਾ ਜਿੰਨਾ ਮਰਜ਼ੀ ਖਵਾਈ ਜਾਣ ਖਵਾ ਖੂ ਕੇ ਉਦੋਂ ਬਾਅਦ ਫਿਰ ਵਿਹਲੇ ਨੇ ਫਿਰ ਉਦੋਂ ਬਾਅਦ ਆਪਦੇ ਹੁਣ ਦੇਖੋ ਸਰਕਾਰ ਰਾਘਵ ਚੱਡਾ ਕੇਜਰੀਵਾਲ ਉੱਪਰਲੇ ਜਿਹੜੇ ਇਹ ਵਧੀਆ ਆਪਦੀ ਮਲਾਈ ਖਾਂਦੇ ਨੇ ਤੇ ਜਿੱਦੇ ਗੱਲ ਚ ਪੰਜਾਲੀ ਪੈਣੀ ਆ ਉਹ ਫਿਰ ਭਗਵੰਤ ਦੇ ਪੈਣੀ ਆ ਸੋ ਇਸ ਕਰਕੇ ਸਮਝਣ ਦੀ ਲੋੜ ਐ ਮੁੱਖ ਮੰਤਰੀ ਆ ਉਹਨੂੰ ਸਮਝਣਾ ਚਾਹੀਦਾ ਪੰਜਾਬ ਦਾ ਮੁੱਖ ਮੰਤਰੀਆਂ ਤੋਂ ਨਾ ਤੂੰ ਗੁਜਰਾਤ ਦਾ ਐ ਨਾ ਤੂੰ ਹਿਮਾਚਲ ਦਾ ਨਾ ਤੈਨੂੰ ਕਿਸੇ ਹੋਰ ਸੂਬੇ ਦਾ ਬਣਾਉਣ ਉਹ ਨਾ ਹੀ ਦੇਸ਼ ਕਿਤੇ ਹੋਰ ਕੁਝ ਬਣਾਉਣ ਇਹ ਪੰਜਾਬੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਐਕਸੈਪਟ ਕਰ ਲਿਆ ਅੱਜ ਗਰੰਟੀ ਕਰਦਾ ਕੇਜਰੀਵਾਲ ਹੋਰੀ ਇਹਨੂੰ ਦਿਲੋਂ ਇਹਨੂੰ ਵੀ ਪਸੰਦ ਨਹੀਂ ਕਰਦੇ ਕੇਜਰੀਵਾਲ ਹੋਰੀ ਇਹਨੂੰ ਵੀ ਦਿਲੋਂ ਪਸੰਦ ਨਹੀਂ ਕਰਦੇ ਮਜਬੂਰੀ ਬਸ ਹੈ ਪੂਰੇ ਦੇਸ਼ ਦਾ ਸਟਾਰ ਪ੍ਰਚਾਰਕ ਮੰਨਦੇ ਨੇ ਜੀ ਭਗਵੰਤ ਸਿੰਘ ਮਾਨ ਨੂੰ ਉੱਥੇ ਪ੍ਰਚਾਰ ਕਰਾਉਂਦੇ ਦੂਜੀਆਂ ਸਟੇਟਾਂ 'ਚ ਮਜਬੂਰੀ ਮਜਬੂਰੀ ਦੇ ਵਿੱਚ ਉਹਨਾਂ ਨੂੰ ਪਤਾ ਹੈ ਵੀ ਇਹ ਇੱਕ ਸੈਲੀਬ੍ਰਿਟੀ ਹੈ ਸੈਲੀਬ੍ਰਿਟੀ ਸੀ ਹੁਣ ਖਤਮ ਹੋ ਗਿਆ ਉਹ ਵੀ ਇਹਦਾ ਜਿਹੜਾ ਕ੍ਰੇਜ਼ ਸੀ ਉਹ ਖਤਮ ਹੁਣ ਕੀ ਹੈ ਉਹ ਹੀ ਚੁਟਕਲੇ ਮੈਨੂੰ ਐਸੋਚਲ ਹੁਣ ਆਪਾਂ ਇਲੈਕਸ਼ਨ 'ਚ ਕਰਾਂਗੇ ਨਾ ਹੁਣ ਜਦੋਂ ਪ੍ਰਚਾਰ ਕਰਕੇ ਉਹ ਜਿਹੜਾ ਨਤੀਜਾ ਆਊਗਾ ਸਟਾਰ ਪ੍ਰਚਾਰਕ ਇਹਨਾਂ ਨੂੰ ਉਸ ਤੋਂ ਬਾਅਦ ਪ੍ਰਚਾਰ ਦਾ ਨਤੀਜੇ ਤੋਂ ਬਾਅਦ ਦੱਸੋ ਵੀ ਕੀ ਨਿਕਲਿਆ ਫਿਰ ਪਤਾ ਲੱਗ ਜੂ ਵੀ ਕੀ ਇਹਦੀ ਔਰਾ ਕੀ ਸੀ ਲੋਕ ਫਾਲਟਰ ਜਿਹੜਾ ਕਰਨ ਵਾਲਾ ਕੰਮ ਹੁੰਦਾ ਨਾ ਜਿਹੜੇ ਬੰਦਿਆਂ ਨੇ ਡਿਫਾਲਟ ਕਰਨਾ ਜਿਹੜੇ ਨੇ ਝੂਠ ਬੋਲਣਾ ਮਾੜੇ ਸ਼ਬਦਾਵਲੀ ਮਾੜੀਆਂ ਗੱਲਾਂ ਅੱਜ ਜਿਹੜੇ ਜਿਹੜੇ ਇਹਨਾਂ ਨੇ ਲੋਕਾਂ ਦੇ ਵਿੱਚ ਉਹ ਵਹਿਮ ਲੋਕਾਂ ਦੇ ਵਿੱਚ ਅਰਾਜਕਤਾ ਲੋਕਾਂ ਨੂੰ ਮਾੜੇ ਪਾਸੇ ਨੂੰ ਲੈ ਕੇ ਜਾਣ ਚ ਇਹ ਸਭ ਤੋਂ ਵੱਡਾ ਯੋਗਦਾਨ ਹੈ ਤਾਂ ਇਹਨਾਂ ਲੋਕਾਂ ਦਾ ਅੱਜ ਪੰਜਾਬ ਦਾ ਮਾਹੌਲ ਖਰਾਬ ਕਰਨ ਚ ਜਿਹੜੀ ਸਭ ਤੋਂ ਵੱਡਾ ਰੋਲ ਹੈ ਜੇ ਅੱਜ ਗੈਂਗਸਟਰ ਦੀ ਗੱਲ ਕਰਕੇ ਨਾ ਇਹ ਇਹ ਸਿਰਫ ਸਿੰਮਥੀ ਹੈ ਹੋਰ ਕੁਝ ਨਹੀਂ ਗੈਂਗਸਟਰ ਜਿਹੜੇ ਨੇ ਉਹ ਇਹਨਾਂ ਦੇ ਬਾਕੀ ਯਾਰ ਸਰਕਾਰਾਂ ਨੇ ਪੈਦਾ ਥੋੜਾ ਕਰਦਾ ਕੋਈ ਹੁਣ 6 ਸਾਲ ਉਹਨਾਂ ਨੇ ਲਗ 5 ਸਾਲ ਲੰਘਾ ਲਏ ਥੋੜਾ ਵੀ ਸਾਲ ਲੰਘ ਗਿਆ ਤੇ ਸਾਲ ਚ ਫਿਰ ਕਰੋ ਨਾ ਸੀ ਸੈਟ ਵੱਧ ਕਿਉਂ ਰਿਹਾ ਘਟ ਕਿਉਂ ਨਹੀਂ ਰਿਹਾ ਜੇ ਤੁਸੀਂ ਐਡੇ ਸਿਆਣੇ ਸੀ ਤਾਂ ਘਟ ਕਿਉਂ ਨਹੀਂ ਰਿਹਾ ਸੋ ਇਸ ਕਰਕੇ ਚੀਜ਼ਾਂ ਸਾਰੀਆਂ ਸਿਰਫ ਹਵਾ ਦੇ ਉਹ ਬੈਲੂਨਸ ਬਣਾ ਬਣਾ ਅੜਾਈ ਜਾਂਦੇ ਨੇ ਬਸ ਉਹ ਉਹੀ ਕੰਮ ਸਰ ਗੈਂਗਸਟਰ ਕਿਵੇਂ ਖਤਮ ਹੋ ਸਕਦੇ ਨੇ ਚਲੋ ਆਪਾਂ ਟੌਪ ਕੇ ਮੁੱਦੇ ਤੇ ਗੱਲ ਕਰਦੇ ਹਾਂ ਕਿਵੇਂ ਖਤਮ ਹੋ ਸਕਦੇ ਗੋਲੀ ਤੁਹਾਡੀ ਕੀ ਆ ਕਿਸੇ ਵੀ ਸਰਕਾਰ ਨੂੰ ਮੈਂ ਇੱਕ ਗੱਲ ਕਹਾਂ ਬੇਸਿਕ ਐਜੂਕੇਸ਼ਨ ਜਿਹੜੀ ਆ ਨਾ ਸਾਡੀ ਪਹਿਲਾਂ ਤਾਂ ਦੇਖੋ ਸਾਨੂੰ ਸਭ ਤੋਂ ਪਹਿਲਾਂ ਸਾਨੂੰ ਸਾਡੇ ਪਰਿਵਾਰਾਂ ਨੂੰ ਸਮਝਣਾ ਪੈਣਾ ਲॉ ਐਂਡ ਐਕਟਰ ਨੂੰ ਸਖਤ ਕਰਨਾ ਪੈਣਾ ਹੈ ਜੇ ਕੋਈ ਇਹਦੇ ਚ ਦੋ ਚੀਜ਼ਾਂ ਨੇ ਜੇ ਕੋਈ ਬੰਦਾ ਕੋਈ ਨੌਜਵਾਨ ਜਾਂ ਕੋਈ ਪਰਿਵਾਰ ਦਾ ਬੰਦਾ ਗਲਤੀ ਕਰਦਾ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਕੋਈ ਪੁਲਿਸ ਵਾਲਾ ਜਾਂ ਕੋਈ ਅਧਿਕਾਰੀ ਉਹਦੇ ਨਾਲ ਤਸ਼ੱਦਦ ਕਰਦਾ ਗਲਤ ਕਰਦਾ ਤੇ ਉਹਤੇ ਵੀ ਬਰਾਬਰ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਅੱਜ ਮੈਂ ਇੱਕ ਹੋਰ ਤੁਹਾਡੇ ਮੀਡੀਆ ਦੇ ਜ਼ਰੀਏ ਕਹਿਣਾ ਚਾਹੁੰਗਾ ਕਿ ਗੈਂਗਸਟਰ ਖਤਮ ਕਰ ਤੁਹਾਡਾ ਬਹੁਤ ਵਧੀਆ ਰੋਲ ਹੋ ਸਕਦਾ ਹੈ ਅੱਜ ਤੁਸੀਂ ਕਿਸੇ ਦੀ ਪੇਸ਼ੀ ਹੁੰਦੀ ਆ ਆਰ ਲਾਰੈਂਸ ਵਿਸ਼ਨ ਹੋਈ ਆ ਫਲਾਣਾ ਜੀ ਆਹ ਜਿਹੜੇ ਜੀ ਤੁਸੀਂ ਕਿਸੇ ਕਿਸੇ ਨੇ ਵੀ ਕੋਈ ਵੀ ਐਨੀ ਵੇਅਰ ਕੋਈ ਮਤਲਬ ਜਿਹੜਾ ਕ੍ਰਿਮੀਨਲ ਆ ਜਿਹੜਾ ਕਾਨੂੰਨ ਦੀਆਂ ਨਜ਼ਰਾਂ ਚ ਮੁਜ਼ਰਮ ਹੈ ਜਦੋਂ ਤੁਸੀਂ ਉਹਦੀਆਂ ਵੀਡੀਓਜ਼ ਜਦੋਂ ਪੇਸ਼ੀ ਤੇ ਜਾਂਦਾ ਉਹਨੂੰ ਵੱਡੇ ਵੱਡੇ ਕਰਕੇ ਲਾਈਵ ਚਲਾਉਂਦੇ ਨੇ ਜਦੋਂ ਕਿਉਂਕਿ ਉਹ ਸਿੰਪਲ ਟੀਆਰਪੀ ਹੈ ਸਿੰਪਲ ਟੀਆਰਪੀ ਹੈ ਜਿੱਦੇ ਇਹ ਬੰਦ ਹੋ ਜਾਊਗਾ ਨਾ ਮੈਂ ਗਰੰਟੀ ਕਰਦਾ ਜਿਹੜਾ ਇਹ ਗੈਂਗਸਟਰ ਕਲਚਰ ਹੈ ਅੱਧਾ ਰਹਿ ਜੂਗਾ ਉਹਦਾ ਕਾਰਨ ਹੈ ਕਿਉਂਕਿ ਜਿਹੜਾ ਨੌਜਵਾਨ ਹੈ ਨਾ 17 18 ਸਾਲ ਦਾ ਬੱਚਾ ਹੈ ਜਿਹੜਾ 16 ਸਾਲ ਦਾ ਬੱਚਾ ਹੈ 15 ਸਾਲ ਦਾ ਬੱਚਾ ਹੈ ਉਹਨੂੰ ਨਹੀਂ ਪਤਾ ਵੀ ਉਹ ਕਹਿੰਦਾ ਨਾ ਵੀ ਚੋਰ ਦੇ ਪੈਂਦੀਆਂ ਦੇਖੋ ਚੋਰ ਨੂੰ ਖਾਂਦੇ ਨੂੰ ਨਾ ਦੇਖੋ ਉਹ ਖਾਂਦੇ ਨੂੰ ਦੇਖੀ ਜਾਂਦੇ ਨੇ ਵੀ ਜਦੋਂ ਚੋਰ ਹੁੰਦਾ ਉਹ ਉੱਥੇ ਗਿਆ ਉਹਦੇ ਨਾਲ ਪੁਲਿਸ ਚੱਲੀ ਆ ਜੀ ਉਹ ਉਹਦੇ ਚ ਬੁਲਟ ਪ੍ਰੂਫ ਗੱਡੀ ਚ ਆ ਉਹਦੀ ਚੜਾਈ ਉਹਦੇ ਐਲਵੀ ਦੀਆਂ ਟੀ-ਸ਼ਰਟਾਂ ਪਾਈਆਂ ਐਲਵੀ ਦੇ ਜੁੱਤੇ ਪਾਏ ਨੇ ਕੀ ਕਰਾਂ 22000 ਦੀ ਟੀ-ਸ਼ਰਟ ਜੀ 1000 ਦਾ ਮਾਸਕ ਇਹੋ ਜਿਹੇ ਚੀਜ਼ਾਂ ਜਦੋਂ ਤੁਸੀਂ ਦਿਖਾਉਨੇ ਹੋ ਨਾ ਜਿਹੜਾ ਨੌਜਵਾਨ ਅੱਜ ਭਟਕਿਆ ਹੋਇਆ ਮਾੜਾ ਮੂਟਾ ਕਿਤੇ ਕਈਆਂ ਚ ਖੂਨ ਗਰਮ ਹੈ ਉਹ ਫਿਰ ਗਰਮ ਖੂਨ ਵਾਲੇ ਨੂੰ ਲੱਗਦਾ ਵੀ ਯਾਰ ਆਹੀ ਜ਼ਿੰਦਗੀ ਆ ਸਾਲੀ ਦੇਖੀ ਜਾਊਗੀ ਬਾਅਦ ਤਾਂ ਬਾਅਦ ਚ ਦੇਖਾਂਗੇ ਆ ਸਹੀ ਹੈ ਕਿਹੜਾ ਚੜ੍ਹਾਈ ਤਾਂ ਹੋਊਗੀ ਸਾਡੇ ਕਿਉਂਕਿ ਪੰਜਾਬੀ ਦਾ ਇਸ ਤਰ੍ਹਾਂ ਵੈਸੀ ਇਹ ਆ ਵੀ ਸਾਡੇ ਤਾਂ ਚੜ੍ਹਾਈ ਚਾਹੀਦੀ ਹੈ ਉਹ ਚੜਾਈ ਚੜਾਈ ਕਰਦਾ ਕਰਦਾ ਉਸ ਪਾਸੇ ਨੂੰ ਚੱਲ ਪਾਂਦਾ ਜਦੋਂ ਤੁਸੀਂ ਇਹ ਦਿਖਾਉਂਗੇ ਵੀ ਵੀਰ ਮੇਰਾ ਇਹਦਾ ਆ ਪੱਖ ਜਿਹੜਾ ਨਾ ਇਹ ਪੋਜ਼ਿਟਿਵ ਨਹੀਂ ਹੈ 네ਗੇਟਿਵ ਪਾਸੇ ਵਾਲਾ ਪੱਖ ਹੈ ਵੀ ਜਦੋਂ ਇਹਨੂੰ ساری ਉਮਰ ਜੇਲ੍ਹ 'ਚ ਰਹਿਣਾ ਪੈਣਾ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣੀਆਂ ਨੇ ਇਹਦੇ ਨਾਲ ਆ ਬਰਤੀਰਾ ਹੁੰਦਾ ਇਹਦੇ ਨਾਲ ਟਾਰਚਰ ਹੁੰਦਾ ਜਾਂ ਇਹਨੂੰ ਜਦੋਂ ਕ੍ਰਿਮੀਨਲ ਦੇ ਵਿੱਚ ਆ ਸਜ਼ਾ ਮਿਲਨੀ ਹੈ ਜੋ ਤੁਸੀਂ ਉਹ ਚੀਜ਼ਾਂ ਦਿਖਾਉਂਗੇ ਗਰੰਟੀ ਕਰਦਾ 50% ਨੌਜਵਾਨ ਇਸ ਚੀਜ਼ ਤੋਂ ਪਰੇ ਹੋਣਗੇ ਸੋ ਇਹ ਸਮਝਣ ਦੀ ਲੋੜ ਇਹ ਤੇ ਕੱਲਾ ਇੱਕ ਬੰਦਾ ਨਹੀਂ ਮੈਂ ਆਪਣੀ ਸਰਕਾਰ ਵਾਲੀ ਵੀ ਕਿਹਾ ਮੈਂ ਹੁਣ ਵੀ ਕਹਿਣਾ ਸਰਕਾਰਾਂ ਦਾ ਕੰਮ ਹੈ ਕਾਨੂੰਨ ਨੂੰ ਕਰੋ ਸਖਤ ਜਿਹੜਾ ਬੰਦਾ ਗਲਤੀ ਕਰਦਾ ਹੈ ਚਾਹੇ ਉਹ ਗਲਤ ਨੂੰ ਮਾਰਦਾ ਚਾਹੇ ਠੀਕ ਨੂੰ ਮਾਰਦਾ ਉਹਤੇ ਕਾਨੂੰਨ ਲਾਗੂ ਹੋਣਾ ਚਾਹੀਦਾ ਪਹਿਲੀ ਗੱਲ ਜਿੱਥੇ ਜਿਹੜਾ ਬੰਦਾ ਗਲਤੀ ਕਰਕੇ ਅੱਜ ਕਹੀਏ ਮੁਜਰਮ ਬੰਦਾ ਹੈ ਜਾਂ ਜਿਹੜਾ ਬੰਦਾ ਉਕਸਾਉਂਦਾ ਇਸ ਚੀਜ਼ ਕਰਨ ਨੂੰ ਉਕਸਾਉਣ ਵਾਲੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਦੋਨੇ ਗੱਲਾਂ ਨੇ ਤੇ ਓਦੋਂ ਬਾਅਦ ਸਾਡਾ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਪਰਿਵਾਰਾਂ ਦੀ ਹੈ ਵੈਸੇ ਤਾਂ ਕੋਈ ਪਰਿਵਾਰ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਜਿਹੜਾ ਇਸ ਪਾਸੇ ਨੂੰ ਜਾਵੇ ਜਿਹੜੀ ਮਾਂ ਨੇ ਐਨ ਪੂਰੇ ਲਾਡਾਂ ਨਾਲ ਪਾਲਿਆ ਹੁੰਦਾ ਦੁੱਧ ਮੱਖਣ ਨਾਲ ਪਾਲਿਆ ਜ ਉਹ ਜਦੋਂ ਫਿਰ ਭਾਈ ਉਹਦੀ ਮੋਢੇ ਤੇ লাশ ਚੱਕਣੀ ਪੈਂਦੀ ਹੈ ਬਹੁਤ ਔਖਾ ਲੱਗਦਾ ਸੋ ਇਸ ਕਰਕੇ ਉਹਨਾਂ ਦੇ ਤਾਂ ਮਨਾਂ 'ਚ ਨਹੀਂ ਹੁੰਦਾ ਪਰ ਸਾਡੇ ਲੋਕਾਂ ਨੂੰ ਜ਼ਰੂਰ ਸਾਡੀ ਸਰਕਾਰਾਂ ਨੂੰ ਸਾਡੀਆਂ ਇਹ ਜਿਹੜਾ ਮੀਡੀਆ ਇਹ ਉੱਚੇ ਚੇਤਤੌਰ ਤੇ ਮੈਂ ਫੇਰ ਕੋਟ ਕਰ ਰਿਹਾ ਮੀਡੀਆ ਬਹੁਤ ਵੱਡਾ ਰੋਲ ਪਲੇ ਕਰ ਸਕਦਾ ਇਸ ਨੂੰ ਖਤਮ ਕਰ ਸਕਦਾ ਬਿਲਕੁਲ ਜੀ ਸ਼ੋ ਸ਼ਰੋਮਣੀ ਅਕਾਲੀ ਦਲ ਦੇ ਹਲਕਾ ਸੰਗਰੂਰ ਤੋਂ ਇੰਚਾਰਜ ਜਿੰਨਰਜੀਤ ਸਿੰਘ ਗੋਲਡੀ ਨਾਲ ਗੱਲਬਾਤ ਕੀਤੀ ਕਿਉਂਕਿ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਸਰਕਾਰ ਦੇ 8 ਮਹੀਨੇ ਪੂਰੇ ਹੋਏ ਨੇ ਉਹਨਾਂ ਕਿਹਾ ਕਿ 8 ਮਹੀਨਿਆਂ ਚ ਮਾਹੌਲ ਖਰਾਬ ਜ਼ਰੂਰ ਹੋਇਆ ਜਦਕਿ ਪੰਜਾਬ ਦਾ ਮਾਹੌਲ ਜਿਵੇਂ ਦੇਖ ਰਿਹਾ ਕਿ ਕਤਲ ਹੋ ਰਹੇ ਨੇ ਲਗਾਤਾਰ ਵੱਡੇ ਵੱਡੇ ਗੈਂਗਸਟਰ ਕਿਤੇ ਨਾ ਕਿਤੇ ਸ਼ੂਟਰ ਕਤਲ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਜਿਹੜੇ ਹਾਲਾਤ ਨੇ ਪੰਜਾਬ ਦੇ ਉਹ ਸੁਧਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਆ ਬਿੰਦਰਜੀਤ ਗੋਲਡੀ ਨੇ ਕਿ ਮਾਹੌਲ ਨੂੰ ਸ਼ਾਂਤ ਰੱਖੋ ਬਾਕੀ ਕੰਮਕਾਜ ਤਾਂ ਚੱਲਦੇ ਰਹਿੰਦੇ ਨੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ